आकाश वाणी ਖਬਰਾਂ ਸ਼ਿਵੀ ਸੂਰੀ ਕੋਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਆਖਿਆ ਜੇ ਮੁਲਕੇ ਦੀ ਜੀਡੀਪੀ ਦਰ 8% ਉਪਰ ਅੱਗੇ ਬਦਲਦੀ ਹੈ ਤੇ ਉਹ ਦਿਨ ਦੂਰ ਨਹੀਂ ਜਦੋਂ ਦੇਸ਼ ਦੁਨੀਆ ਦੀ 3 ਨੰਬਰ ਦੀ ਅਰਥ ਵਿਵਸਥਾ ਬਣੀ ਜਾਵੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂਰੇ ਪੈਰਿਸ 올림픽 ਚ ਕੈਨ ਦਾ ਤਮਗਾ ਜਿੱਤਨੇ ਪਰ ਮਨੂ ਬਾਕਰ ਤੇ ਸਰਬਜੋਤ ਸਿੰਘ ਉਰੇਂਗੀ ਮੁਬਾਰਕਾਂ ਦਿੱਤੀਆਂ ਨਾ ਰਾਸ਼ਟਰਪਤੀ ਉਪ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀਉਰੇ ਮਨੂ ਬਾਕਰ ਤੇ ਸਰਬਜੋਤ ਸਿੰਘ ਉਰੇਂਗੀ 10 ਮੀਟਰ 에ਅਰ ਪਿਸਟਲ ਮਿਕਸਡ ਟੀਮ ਮੁਕਾਬਲੇ ਚ ਕੈਨ ਦਾ ਤਮਗਾ ਜਿੱਤਨੇ ਪਰ ਮੁਬਾਰਕਾਂ ਦਿੱਤੀਆਂ ਨਾ ਕੇਰਲ ਚ ਵਾਇਨਾਡ ਜ਼ਿਲ੍ਹੇ ਚ ਪੱਸੀਆ ਪਾਉਣੇ ਵਾਲੀ ਥਾਰ ਮਲਬੇ ਥਮਾ 93 ਲੋਥਾਂ ਕੱਟੀਆਂ ਗਈਆਂ ਨਾ ਤੇ ਰਾਸ਼ਟਰਪਤੀ ਉਪਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਹੋਰੇ ਵਾਇਨਾਟ ਜੋ ਇਹਦੇ ਆਦ ਸੱਚ ਆਪਣੇ ਜਨਮਵਾਨੇ ਵਾਲੇ ਪ੍ਰਤੀ ਦੁੱਖ ਤੇ ਵਸੂਸ ਪ੍ਰਗਟ ਕੀਤਾ ਹੈ ਕਿ ਉਹ ਖਬਰ ਦੀ ਤਫਸੀਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਆਖਿਆ ਜੇ ਸਕਲ ਕਰੇਲੂ ਉਤਪਾਦ जीडीपी 8% की दर करने बदारती है ते उ दिन दूर नहीं जिसले ए वैश्विक सता पर 3 सबने थमा बड्डी अर्थव्यवस्था बनी जाग नमी दिल्ली जो विकसित भारत आली पेठा यात्रा ना दे सम्मेलन दे उद्घाटन सत्र की संबोधित करते हुए मोदी ओर ने आख्या जे महामारी कने लड़ाई दे मघरा भारत नमी ऊंचाईया पर पूजी गया है उन्हें आख्या जे सरकार सारे क्षेत्रे पर ध्यान केंद्रित करार दिया है प्रधानमंत्री ओर ने आख्या जे सरकार जिस रफ्तार करने बुनियादी ਦੰਚੇ ਦਾ ਨਿਰਮਾਨ ਕਰਾਰ ਦਿਆ ਹੈ ਉਹ ਅਭੂਤਪੁਰ ਹੈ ਉਹਨੇ ਆਖਿਆ ਜੇ 2004 ਚ ਯੂਪੀਏ ਸਰਕਾਰ ਦੇ ਪਹਿਲੇ ਬਜਟ ਚ ਪੂੰਜੀਗਤ ਖਰਚ ਲਗਭਗ 90000 ਕਰੋੜ ਰੁਪਏ ਹਾ ਤੇ 2014 ਚ ਇਹ ਵਧੀਏ 2 ਲੱਖ ਕਰੋੜ ਰੁਪਏ ਹੋ ਗਿਆ ਉਹਨੇ ਆਖਿਆ ਜੇ ਬਜਟ 29 ਗੁਣਾ ਵਧੀਏ 48 ਲੱਖ ਕਰੋੜ ਰੁਪਏ ਹੋ ਗਿਆ ਹੈ ਮੋਦੀ ਉਰੇ ਆਖਿਆ ਜੇ ਸਰਕਾਰ ਨੇ ਮੰਤਰਾਲੇ ਦੇ ਅਬੰਟਨ ਚ ਰਿਕਾਰਡ ਬਾਦਾ ਕੀਤਾ ਹੈ ਉਹਨੇ ਆਖਿਆ ਜੇ ਪਿਛਲੇ 10 ਬਰਾਂ ਚ 52 ਕਰੋੜ ਲੋਕ ਗਰੀਬੀ ਰੇਖਾ ਤੋਂ ਬਾਹਰ ਆਏ ਨਾ ਪ੍ਰਧਾਨ ਮੰਤਰੀਓ ਨੇ ਆਖਿਆ ਜੇ ਸਰਕਾਰ ਨੇ ਜੀਵਨ ਯਕਾਂਚ ਸਰਲਤਾ ਕੌਸ਼ਲ ਵਿਕਾਸ ਤੇ ਰੋਜ਼ਗਾਰ ਪਰ ਖਾਸ ਧਿਆਨ ਦਿੱਤਾ ਉਹਨੇ ਗਲਾਇਆ ਜੇ ਰੋਜ਼ਗਾਰ ਪੈਦਾ ਕਰਨ ਵਾਲੇ ਲੋਕ ਕੇ ਪಲ್ಯਾਂ ਲੋਕੇ ਤੇ ਦਰਮਿਆਨੇ ਦਰਜੇ ਦੇ ਉਦਯੋਗੇ ਪਰ ਖਾਸਾ ਧਿਆਨ ਦਿੱਤਾ ਜਾਂਦਾ ਹੈ ਉਹਨੇ ਆਖਿਆ ਜੇ ਸਰਕਾਰ ਆਪਣੇ ਸਾਰੇ ਨਾਗਰਿਕੇ ਦੀ ਜੀਵਨ ਦੀ ਸਖੱਲਾ ਤੇ ਮਿਆਰੀ ਬਣਾਉਣ ਲਈ ਕੰਮ ਕਰਾਰ ਦਿਆ ਹੈ ਮੋਦੀਓਂ ਆਖਿਆ ਜੇ ਭਾਰਤੀ ਨੀਤੀ ਸਮਰਪਣ ਸੰਕਲਪ ਤੇ ਫੈਸਲੇ ਪੂਰੀ ਦੁਨੀਆ ਕੀ ਮੁਲਕ ਚ ਨਿਵੇਸ਼ ਆਸਤੇ ਆਕਰਸ਼ਿਤ ਕਰਾਰ ਦੇਣਾ ਇੱਕ ਦਿਨ ਦੇ ਇਸ ਸੰਮੇਲਨ ਦਾ ਆਯੋਜਨ ਪਾਰਤੀ ਆਯੋਗ ਪਰਿਸੰਗ ਆਸਿਆ ਕੀਤਾ ਜਾ ਰਦਾ ਹੈ ਉਦਯੋਗ ਸਰਕਾਰ ਥਿੰਕ ਟੈਂਕ ਰਾਜਨੀਤ ਰਾਜਨੈਕ ਸਮੁਦਾਏ ਸਨੇ 1000 ਤਮਾਮ ਮਤੇ ਪ੍ਰਤੀਭਾਗੀ ਵਿਅਕਤੀਗਤ ਤੌਰ ਪਰ ਸੰਮੇਲਨ ਚ ਇਸਾ ਲੈੜ ਦੇਣਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਰੇ ਪੈਰਾਓਲੰਪਿਕਸ ਦੇ 10 ਮੀਟਰ 에ਅਰ ਪਿਸਟਲ ਮਿਕਸ ਟੀਮ ਮੁਕਾਬਲੇ ਚ ਮਨੁਭਾਕਰ ਤੇ ਸਰਬਜੋਤ ਉੰਦਾ ਕੈਨ ਦਾ ਤਮਗਾ ਜਿੱਤਨੇ ਪਰਮਾਰਖਾਂ ਦਿੱਤੀਆਂ ਇੱਕ ਸੋਸ਼ਲ ਮੀਡੀਆ ਪੋਸਟ ਚ ਸ਼੍ਰੀ ਮੋਦੀ ਉਰੇ ਆਖਿਆ ਜੇ ਭਾਰਤੀ ਨਿਸ਼ਾਨੇਬਾਜ਼ੇ ਰਾਸ਼ਟ੍ਰ ਕੀ ਲਗਾਤਾਰ ਮਾਨ ਮਹਿਸੂਸ ਕਰਾਇਆ ਹੈ ਉਹਨੇ ਆਖਿਆ ਜੇ ਦੋਨੇ ਖਿਡਾਰੀਆਂ ਕੌਸ਼ਲ ਤੇ ਟੀਮਵਰਕ ਦਾ ਪ੍ਰਦਰਸ਼ਨ ਕੀਤਾ ਹੈ ਪ੍ਰਧਾਨ ਮੰਤਰੀ ਉਰੇ ਆਖਿਆ ਜੇ ਭਾਰਤੀ ਇਸ ਉਪਲਬਧੀ ਤائیں ਖੁਸ਼ ਨਾ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਰੇ ਨਿਸ਼ਾਨੇਬਾਜ਼ੀ ਦੇ 10 ਮੀਟਰ 에ਅਰ ਪਿਸਟਲ ਮਿਕਸਡ ਟੀਮ ਮੁਕਾਬਲੇ ਚ ਕੈਨ ਦਾ ਤਮਗਾ ਜਿੱਤਨੇ ਪਰ ਮਨੂ ਬਾਕਰ ਤੇ ਸਰਬਜੋਤ ਸਿੰਘ ਹੋਰਾਂ ਦੀ ਮੁਬਾਰਕਾਂ ਦਿੱਤੀਆਂ ਨਾ ਇੱਕ ਸੋਸ਼ਲ ਮੀਡੀਆ ਪੋਸਟ ਚ ਰਾਸ਼ਟਰਪਤੀ ਹੋਰਾਂ ਆਖਿਆ ਜੇ ਮਨੂ ਬਾਕਰ ਹੋਰਾਂ ਪਹਿਲੀ ਭਾਰਤੀ ਮਹਿਲਾ ਨਿਸ਼ਾਨੇਬਾਜ਼ ਜਿਨੇ 올림픽 ਖੇਡ ਚ ਦੋ ਵਾਰੀ ਤਮਗਾ ਜਿੱਤਨੇ ਪਰ ਇਤਿਹਾਸ ਰਚ ਦਿੱਤਾ ਹੈ ਰਾਸ਼ਟਰਪਤੀ ਮੁਰਮੂ ਰੇ ਆਖਿਆ ਜੇ ਉਹਨੇ ਰਾਸ਼ਟਰ ਦੀ ਗਰਵ ਮਹਿਸੂਸ ਕਰਾਇਆ ਹੈ ਉਹਨੇ ਦੋਨੇ ਖਿਡਾਰੀਆਂ ਦੀ ਪਵਿੱਖ ਲਈ ਔਰ ਤਮਗੇ ਜਿਤਨੇ ਦੀ ਕਾਮਨਾ ਵੀ ਕੀਤੀ ਉਪ ਰਾਸ਼ਟਰਪਤੀ ਜਗਦੀਪ ਧਨਕੜੋਰੇ ਭਾਰਤੀ ਨਿਸ਼ਾਨੇਬਾਜ਼ ਮਨੂ ਭਾਕੜ ਤੇ ਸਰਬਜੋਤ ਸਿੰਘ ਉਰੇਗੀ ਪੈਰਾਓਲੰਪਿਕ 2024 ਚ ਸ਼ਾਨਦਾਰ ਉਪਲਬਧੀ ਉੱਪਰ ਮੁਬਾਰਕਾਂ ਦਿੱਤੀਆਂ ਨਾ ਇੱਕ ਸੋਸ਼ਲ ਮੀਡੀਆ ਪੋਸਟ ਚ ਉਪ ਰਾਸ਼ਟਰਪਤੀ ਹੋ ਰਹੇ ਹੁੰਦੇ ਸ਼ਾਨਦਾਰ ਪ੍ਰਦਰਸ਼ਨ ਰਾਸ਼ਟਰ ਦੇ ਨੌਜਵਾਨੇ ਕੀ ਹੁੰਦੇ ਆਸਿਆ ਪ੍ਰੇਰਣਾ ਤੇ ਚੇਤਨਵਾਇਆ ਸ਼੍ਰੀ ਧਨਕੜੋਰੇ ਮਨੂ ਭਾਕੜ ਹੁੰਦੇ ਆਸਿਆ ਇਕਲੇ 올림픽 ਚ ਕੁਸੇ ਭਾਰਤੀ ਆਸਿਆ ਦੌ ਤਮਗੇ ਜਿੰਨੇ ਦੇ ਅਸਾਧਾਰਨ ਉਪਲਬਧੀ ਉੱਪਰ ਵੀ ਤਾਰੀਫ ਕੀਤੀ ਰਾਜ ਸਭਾ ਚ ਅੱਜ ਆਮ ਬਜਟ 2024-25 ਉਪਰ ਚਰਚਾ ਸ਼ੁਰੂ ਹੋਈ ਚਰਚਾ ਚ ਐਨਸੀਪੀ ਦੇ ਪ੍ਰਫੁੱਲ ਪਟੇਲ ਹੋਰੇ ਆਖਿਆ ਜੇ ਸਰਕਾਰ ਨੇ مالی ਅਨੁਸ਼ਾਸਨ ਵਾਲੀ ਪੂਜਗੀ ਅਪਣਾਇਆ ਹੈ ਤੇ 2014 ਤੋਂ ਬਾਅਦ ਮੁਲਕ ਦੀ ਮਾਲੀ ਸਥਿਤੀ ਗਈ ਬਨਾ ਬਣਾਈਏ ਰੱਖਿਆ ਹੈ ਉਹਨੇ ਆਖਿਆ ਜੀ ਇਸ ਬਰੇ ਦੇ ਬਜਟ ਚ ਨੌਜਵਾਨੇ ਲਈ ਰੋਜ਼ਗਾਰ ਖੜੇ ਨੇ ਉਪਰ ਵੱਡਾ ਧਿਆਨ ਕੇਂਦਰਿਤ ਕੀਤਾ ਗਿਆ ਹੈ ਉਹਨੇ ਇਸ ਬਰੇ ਦੇ ਬਜਟ ਚ ਬੁਨਿਆਦੀ ਖੇਤਰ ਕੀ ਸਰਕਾਰਾਂ ਸਿਆ ਧਿਆਨ ਦੇਣੇਗੀ ਤੇ ਸਰਹਾਨਾ ਕੀਤੀ ਉਹਨੇ ਆਖਿਆ ਜੀ ਪਿਛਲੇ ਦਸ ਸੇ ਬਰੇ ਚ ਸ਼ਿਰਕੇ ਅਵਾਈਰਡੇ ਬੰਦਰਗਾਹਾਂ ਤੇ ਪਰਤੀਏ ਸਮਾਲੋ ਨੇ ਅਲੀ ਊਰਜਾ ਦੇ ਵਿਆਪਕ ਤੰਤਰ ਖੜੇਰੇ ਗੇਨਾ ਉਨੇ ਆਖਿਆ ਜਿ ਪਿਛਲੇ ਕਿਸ਼ਵਰੇ ਚ ਮੁਲਖੇ ਨੇ ਉਤਪਾਦਨ ਗਤੀਵਿਧੀਆਂ ਚ ਮਤਾਗੇ ਵਿਕਾਸ ਦਰਜ ਕੀਤਾ ਬੀਜੇਪੀ ਦੇ ਸੰਸਦ ਭਵਨੇਸ਼ਵਰ ਕਲਿਤਾ ਨੇ ਆਖਿਆ ਜੇ ਇਸ ਬਰੇ ਦੇ ਬਜਟ ਚ ਗਰੀਬੇ ਕਰਸਾਨੇ ਨੌਜਵਾਨੇ ਮਹਿਲਾਏ ਮਤਮ ਵਰਗ ਤੇ ਬੁਨਿਆਦੀ ਟਾਂਚੇ ਉਪਰ ਧਿਆਨ ਕੇਂਦਰਿਤ ਕੀਤਾ ਗਿਆ ਹੈ ਉਨੇ ਆਖਿਆ ਜੇ ਸਰਕਾਰ ਕੋਈ 80 ਕਰੋੜ ਲੋਕਾਂ ਕੀ ਮੁਫਤ ਅੰਨ ਦਾਣਾ ਦੇ ਆਰਦੀ ਹੈ ਇਹ ਖਬਰਾਂ ਤੋਂ ਸਾਕਾ ਆਸ਼ਵਾਨੀ ਫਰਾਸੋਂ ਆਰਦੇਓ ਕੇਰਲ ਦੇ ਵਾਇਨਾਰਡ ਜ਼ਿਲ੍ਹੇ ਚ ਪਸੰਗਾਂ ਪਾਉਣੇ ਦੀ ਘਟਨਾ ਚ 93 ਜਨਾਂ ਦੇ ਮਰੋਣੇ ਦੀ ਖਬਰ ਹੈ ਤੇ ਖੇਤ ਚ ਬੱਕ ਬੱਕ ਹਸਪਤਾਲਾਂ ਚ ਕੋਈ 128 ਜ਼ਖਮੀਆਂ ਦਾ ਇਲਾਜ ਚਲਾਰਦਾ ਹੈ ਵਾਇਨਾਰਡ ਚ ਆਜ ਸਤ ਚ ਬਚਾ ਅਭਿਆਨ ਅਜ ਚਲਾਰਦਾ ਹੈ ਫੌਜ ਤੇ ਜਲ ਸੈਨਾ ਦੋਨੇ ਬਚਾ ਤੇ ਰਾਤ ਅਭਿਆਨ ਚ ਲੱਗੇ ਦੇਨਾ ਤੇ ਮੁੰਡਾ ਕੈਮ ਆਲੀਥਾ ਥਾ ਮ ਕੋਈ 150 ਲੋਕਾਂ ਕੀ ਬਚਾਈ ਲੈਤਾ ਗਿਆ ਹੈ ਮੁੱਖ ਮੰਤਰੀ ਪਿਨਰਈ ਵਿਜਨੋਰੇ ਆਖਿਆ ਜੇ ਖਿੱਤੇ ਚ ਰਾਤ ਤੇ ਬਚਾਅ ਦੇ ਸਭੇ ਉਪਾਅ ਕੀਤੇ ਜਾੰਗਨ ਅੱਜ თਮਾ ਦਉਂਦੇ ਨੇ ਥੋੜੀ ਰਾਜ ਚ ਰਾਜ ਕੀ ਅਸ਼ੋਕ ਘੋਸ਼ਿਤ ਕੀਤਾ ਗਿਆ ਹੈ ਚੁਰਮਲਾ ਚ ਲੋਕਾਂ ਕੀ ਰੱਸੀਆਂ ਤੇ ਹੋਰ ਨਿਤਰੀਕੇ ਨੇ ਬਚਾਇਆ ਜਾਦਾ ਹੈ ਮਲਪੇ თਮਾ ਮਤੇ ਸਾਰੇ ਲੋਕਾਂ ਕੀ ਬਚਾਇਆ ਗਿਆ ਹੈ ਤੋ ਐ ਕੋਸੀ ਕੋੜੀ ਜ਼ਿਲ੍ਹਾ ਕਲੈਕਟਰ ਨੇ ਲੋਕਾਂ ਕੀ ਥਾਮਰੇ ਸ੍ਰੀ ਘਾਟ ਛਿੜਕੇਂਗੀ ਇਸਤੇਮਾਲ ਕਰਨੇ ਤਮਾ ਪਰਹੇਜ਼ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਆਪਾਤਕਾਲ ਆਲੀਏ ਗੱਡੇਗੀ ਲੰਘਨੇ ਦਾ ਰਸਤਾ ਥੋਈ ਸਕੇ ਬਕਬਕ ਜ਼ਿਲ੍ਹਾ ਪ੍ਰਾਧਾਨ ਨੇ ਲੋਕਾਂ ਕੀ ਸੈਲਾਨੀ ਥਾਰੇ ਪਰ ਜਾਣੇ ਤਮਾ ਪਰਹੇਜ਼ ਕਰਨੇ ਦੀ ਵੀ ਅਪੀਲ ਕੀਤੀ ਹੈ ਕੇਰਲ ਦੇ ਮੁੱਖ ਮੰਤਰੀ ਪਿੰਨਰਈ ਵਿਜੈਨੂਰੇ ਆਖਿਆ ਜੇ ਕਟਨਾਲੀ ਥਾਰ ਜ਼ਿਲ੍ਹਾ ਵਾਇਨਾਰਚ ਅਜੇ ਤੋੜੀ 93 ਲੋਥਾ ਬਰਾਮਦ ਕੀਤੀਆਂ ਨਾ ਤਿਰੂਵੰਤਪੁਰਮ ਚ ਮੀਡੀਆ ਕੀ ਸੰਬੋਧਿਤ ਕਰਦੇ ਹੋਏ ਸ਼੍ਰੀ ਵਿਜਨ ਹੋਰੇ ਆਖਿਆ ਜੇ ਚੌਤੀ ਲੋਥੇ ਦੀ ਪਛਾਣ ਕੀਤੀ ਗਈ ਹੈ ਤੇ 18ਵੇਂ ਦੀ ਉਹਦੇ ਪਰਿਵਾਰ ਜਨੇ ਕੀ ਸੌਂਪੀ ਦਿੱਤਾ ਗਿਆ ਹੈ 128 ਜ਼ਖਮੀ ਜਨੇ ਕੀ ਇਲਾਜ ਲਈ ਬਕ ਬਕ ਹਸਪਤਾਲਾਂ ਚ ਦਾਖਲ ਕਰਾਇਆ ਗਿਆ ਹੈ 16 ਲੋਥਾ ਰੁੜੀ ਗਈਆਂ ਹੀਆਂ ਜੜੀ ਜੇ ਉਹਨ ਮਲਪੁਰਮ ਜ਼ਿਲ੍ਹੇ ਦੇ ਪੋਥੂ ਕਲਕਸ਼ੂ ਚਿੱਲੇਯਾਰ ਨਦੀ ਚ ਬਰਾਮਤ ਕੀਤੀਆਂ ਗਈਆਂ ਨਾ ਰਾਜ ਚ ਇਸ ਆਦਸੇ ਕੀ ਸਭ ਨੇ ਸ਼ਾਬਦ ਦਾ ਕੁਦਰਤੀ ਕਰੋਪੀ ਵਾਲਾ ਆਦਸਾ ਦਸਤੇ ਮੁੱਖ ਮੰਤਰੀ ਉਹਰੇ ਆਖਿਆ ਜੇ ਪਹਿਲੀ ਪੱਸੀ ਪੋਨੇ ਆਲੀ ਘਟਨਾ ਕੋਈ ਬੜਲਾ 2:00 ਵਜੇ ਹੋਈ ਉਹਦੇ ਬਾਅਦ ਬੜਲਾ 4:00 ਵਜੇ 10 ਮਿੰਟ ਪਰ ਇੱਕ ਹੋਰ ਘਟਨਾ ਪੇਸ਼ ਆਈ ਜਿਦੇ ਨਤੀਜੇ ਚ ਇਰਵਨਜੀ ਪੂਜਾ ਨਦੀ ਦੋਂ ਪਾਟੇ ਚ ਬੰਡੀ ਗਈ ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਂਦਰੀ ਮੰਤਰੀ ਅਮਿਤ ਸ਼ਾ ਲੋਕ ਸਭਾ ਚਪਰੋਤੀ ਤੜੇ ਦੇ ਨੇਤਾ ਰਾਹੁਲ ਗਾਂਧੀ ਤਾਮਿਲਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਲਿਨ ਪੱਛਮ ਬੰਗਾਲ ਦੇ ਰਾਜਪਾਲ ਸੀ ਵੀ ਆਨੰਦ ਦਾ ਬੋਸ ਔਰ ਹੁੰਦ ਨੇ ਗੱਲ ਕੀਤੀ ਤੇ ਮਦਦ ਦੇਣ ਦੀ ਤੇ ਵੀ ਪੇਸ਼ਕਸ਼ ਰੱਖੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੇ ਉਪਰਾਸ਼ਟਰਪਤੀ ਜਗਦੀਪ ਤਨਖੜੋre ਵਾਇਨਾਡ ਚ ਪੱਸੀਆਂ ਪਾਉਣੇ ਕਰੀ ਜਾਨਮੁਆਨੇ ਵਾਲੇ ਪ੍ਰਤੀ ਦੁੱਖ ਤੇ ਬਸੂਸ ਪ੍ਰਗਟ ਕੀਤਾ ਸੋਸ਼ਲ ਮੀਡੀਆ ਚ ਆਪਣੇ ਸੰਦੇਸ਼ ਚ ਰਾਸ਼ਟਰਪਤੀ ਉਰੇ ਜ਼ਖਮੀਆਂ ਦੇ ਤੌਲੇ ਨਰੋਇਓ ਨੇ ਦੀ ਤੇ ਬਚਾਅ ਅਭਿਆਨ ਦੀ ਸਫਲਤਾ ਕੀਤੇ ਕਾਮਨਾ ਕੀਤੀ ਉਪਰਾਸ਼ਟਰਪਤੀ ਉਰੇ ਜ਼ਖਮੀਆਂ ਦੇ ਤੌਲੇ ਬਲੋ ਨੇ ਦੀ ਵੀ ਕਾਮਨਾ ਕੀਤੀ ਲੋਕ ਸਭਾ ਚ ਆਮ ਬਜਟ 2024-25 ਉਪਰ ਚਰਚਾ ਸ਼ੁਰੂ ਹੋਈ ਖਜ਼ਾਨਾ ਮੰਤਰੀ ਨਿਰਮਲਾ ਸੀਤਰਾਮਨ ਉਰੇ ਚਰਚਾ ਦਾ ਪੜਤਾਲ ਦਿੱਤਾ ਚਰਚਾ ਚ बीजेपी ਦੇ ਦਿਵਿੰਦਰ ਸਿੰਘ ਹੋਰੇ ਆਖਿਆ ਜੇ ਇਸ ਬਾਰੇ ਦਾ ਬਜਟ ਮੁਲਕ ਹੈਗੀ ਸਮਾਵੇਸ਼ੀ ਵਿਕਾਸ ਦੀ ਪੱਤੇ ਪਰ ਲਈ ਜਾਗ ਉਹਨੇ ਆਖਿਆ ਜੇ ਸਰਕਾਰ ਕਿਸਾਨ ਦੇ ਕਲਿਆਣਕ ਤੇ ਬਚਨੇ ਬੱਜੀ ਦੀ ਹੈ ਖਜ਼ਾਨਾ ਮੰਤਰੀ ਨਿਰਮਲਾ ਸੀਤਰਾਮਨ ਹੋਰੇ ਕੇਂਦਰੀ ਬਜਟ 2024-25 ਉਪਰ ਚਰਚਾ ਤੇ ਕੇਂਦਰੀ ਸਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਲਈ ਬਜਟ 2024-25 ਬਰੇ ਲਈ ਸੁਸ਼੍ਰੀ ਸੀਤਰਾਮਨ ਹੋਰੇ ਆਖਿਆ ਜੇ ਭਾਰਤ ਕੋਵਿਡ ਮਹਾਮਾਰੀ ਦੇ ਬਾਅਦ ਤੇਜ਼ੀਆਂ ਨੇ ਬਦਾਰਦਾ ਅਰਥ ਵਿਵਸਥਾ ਹੈ ਉਹਨੇ ਆਖਿਆ ਜੇ ਕੋਈ 11 ਕਰੋੜ ਕਰਸਾਨੇਗੀ ਪੀਐਮ ਕਿਸਾਨ ਯੋਜਨਾ ਤਹਿਤ ਸ਼ੁਰੂ ਉਹਨੇ ਕੋਲਾ ਕੋਈ 13.2 ਲੱਖ ਕਰੋੜ ਰੁਪਏ ਵੰਡੇਗੇ ਨਾ ਬੇਰੋਜ਼ਗਾਰੀ ਦੇ ਮੁੱਦੇ ਪਰ ਸੁਸ਼ਰੀ ਸੀਤਾਰਾ ਬਨੌਰੇ ਆਖਿਆ ਜੇ ਪਿਛਲੇ ਦਸ ਸਾਲਾਂ ਚ 12.5 ਕਰੋੜ ਰੋਜ਼ਗਾਰ ਖੜੇ ਰਗੇ ਨਾ ਉਹਨੇ ਆਖਿਆ ਜੇ ਕੇਂਦਰ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦੇ ਕੇਂਦਰੀ ਬਜਟ ਚ ਪੂਰਾ ਪ੍ਰਾਤਾ ਕੋਈ 17000 ਕਰੋੜ ਰੁਪਏ ਦੀ مالی ਮਦਦ ਦਿੱਤੀ ਹੈ ਕੇਂਦਰੀ ਰਾਏ ਭਾਈ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਹੋਰੇ ਆਖਿਆ ਜੇ ਰਾਏ ਭਾਈ ਬੁਨਿਆਦੀ ਢਾਂਚੇ ਸਰਬੰਧੀ ਫੰਡ ਕਾਇਤ 76000 ਕਰੋੜ ਰੁਪਏ ਦੀ ਲਾਗਤ ਦਾ ਕੋਈ 72000 ਬੁਨਿਆਦੀ ਢਾਂਚੇ ਕੀ ਮੁਲਕ ਪਰੇਚ ਬਣਾਇਆ ਗਿਆ ਹੈ ਇਹ ਯੋਜਨਾ 2020 ਚ ਰਾਏ ਭਾਈ ਬੁਨਿਆਦੀ ਢਾਂਚੇ ਲਈ ਨਿਵੇਸ਼ਗੀ ਆਕਰਸ਼ਿਤ ਕਰਨਾ ਤੇ ਬਾਡੀ ਦੇ ਬਾਅਦ ਦੇ ਪ੍ਰਬੰਧਨ ਸਰਬੰਧੀ ਬੁਨਿਆਦੀ ਢਾਂਚੇ ਦੇ ਵਿਕਾਸ ਕੀਤਾ ਨੁਕਸਾਨ ਕੀ ਕੱਟ ਕਰਨੇ ਕਰਸਾਨੇ ਲਈ ਵੀ ਤਰਮੁੱਲ ਦੇਨੇ ਖੇਤੀ ਚ ਨਮੀਏ ਕਾਡੇ ਦਾ ਮਕਸਦ ਕਰਨੇ ਆਨਿਆ ਗਿਆ ਉਨੇ ਆਖਿਆ ਜੇ ਯੋਜਨਾ ਤਹਿਤ ਯੋਗ ਦੁਆਰ ਲੈਣਿਆ ਲੇੰਗੀ ਬੈਂਕਾਂ ਤੇ مالی ਸੰਸਥਾਨਾਂ ਰਏ 1 ਲੱਖ ਕਰੋੜ ਰੁਪਏ ਪ੍ਰਦਾਨ ਕੀਤੇ ਜਾਣਗਣ ਲੋਕ ਸਭਾ ਚ ਜ਼ਿੰਮਨੀ ਸਵਾਲੇ ਦਾ ਪਰਤਾ ਦਿੰਦੇ ਹੋਏ ਸ਼੍ਰੀ ਚਾਹਾਨ ਹੋਰੇ ਆਖਿਆ ਜੇ ਸਰਕਾਰ ਕਿਸਾਨੇ ਦੀ ਫਸਲੇ ਲਈ ਸਹੀ ਕੀਮਤੇ ਕੀ ਦੇਣੇ ਕੀ ਤੇ ਭੰਡਾਰਨ ਗਿਤੇ ਸਹੀ ਇੰਤਜ਼ਾਮ ਕਰਾਰ ਦਿਆ ਹੈ ਉਨੇ ਆਖਿਆ ਜੇ ਸਰਕਾਰ ਕਿਸਾਨੇ ਦੀ ਫਸਲ ਉਤਪਾਦਨ ਕੀ ਵਧਾਣੇ ਕੀ ਤੇ ਲਗਾਤਾਰ ਕੰਮ ਕਰਾਰ ਦੀ ਹੈ ਮੰਤਰੀਆਂ ਆਖਿਆ ਜੇ ਮੁਲਖ ਹੈ ਚੁਕ ਖੇਤੀ ਵਿਕਾਸ ਦਰ ਕੋਈ 4% ਹੈ ਤੇ ਮੁਲਖ ਚ ਅੰਨਦਾਣੇ ਦਾ ਬੜਾ ਮਤਾ ਭੰਡਾਰ ਹੈ ਇਹ ਖਬਰਾਂ ਤੁਸਾਕਾਸ਼ਵਨੀ ਪਰ ਆ ਸੁਨਾਰਦੇਓ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤਹਿਤ ਕੋਈ 11 ਕਰੋੜ ਕੁਲਾਮਤੇ ਕਿਸਾਨੇ ਕੀ 3.24 ਲੱਖ ਕਰੋੜ ਰੁਪਏ ਵੰਡੇ ਕੇ ਨਾ ਖੇਤੀ ਤੇ ਕਿਸਾਨ ਕल्याण ਮੰਤਰੀ ਸ਼ਿਵਰਾਜ ਸਿੰਘ ਚੋਹਾਨੋ ਨੇ ਲੋਕ ਸਭਾ ਚ ਇੱਕ ਲਿਖਿਤ ਪੜਤੇ ਚ ਆਖਿਆ ਜੇਪੀਐਮ ਕਿਸਾਨ ਯੋਜਨਾ ਦੀ ਸਤਾਰਮਿਕਿਸ਼ਤ ਇਸ ਬਾਰੇ ਦੇ ਜੂਨ ਚ ਕੋਈ 9 ਕਰੋੜ 26 ਲੱਖ ਕਿਸਾਨ ਪਰਵਾਰਾਂਗੀ ਕੋਈ 20000 ਕਰੋੜ ਰੁਪਏ ਜਾਰੀ ਕੀਤੇ ਗਏ ਨਾ ਮੰਚੂਰੀ ਜਾਣਕਾਰੀ ਦਿੱਤੀ ਜੇ ਕੁੱਲ ਕੋਈ 19849 ਸਖਲਾਈ ਯਾਫਤਾ ਖੇਤੀ ਸਖਲੀਆਂ ਚ 34973 ਗਿਰਾਈਬਾਈ ਸਰਵੰਦੀ ਸਰਟੀਫਿਕੇਟਾਂ ਦਿੱਤੀਆਂ ਗਈਆਂ ਨਾ ਸਰਕਾਰ ਨੇ ਆਖਿਆ ਜੇ ਉਤਪਾਦਨ ਕਰਨ ਸਬੰਧਿਤ ਪ੍ਰੋਡਕਸ਼ਨ ਲਿੰਕਡ ਇਨਸੈਂਟਿਵ ਯੋਜਨਾ ਤਮਾ ਕੋਈ 176 ਲੋਕਾਂ ਪਲਿਆਂ ਲੋਕਾਂ ਤੇ ਮੱਦਮ ਦਰਜ ਦੇ ਐਂਟਰਪ੍ਰਾਈਜ਼ਸ ਐਮ ਐਸ ਐਮ ਨੂੰਗੀ ਲਾਭ ਪੁਚਾਏ ਲੋਕ ਸਭਾ ਚ ਇੱਕ ਜ਼ਿੰਮਨੀ ਸਵਾਲ ਦਾ ਜਵਾਬ ਦਿੰਦੇ ਹੋਈ ਬੰਜ ਵਪਾਰ ਤੇ ਉਦਯੋਗ ਰਾਜ ਮੰਤਰੀ ਜੀਤਨ ਪ੍ਰਸਾਦ ਨੇ ਆਖਿਆ ਜੇ ਪੀ ਐਲ ਆਈ ਯੋਜਨਾ ਕੀਤੇ ਅਜੇ ਤੋੜੀ ਕੋਈ 132000 ਕਰੋੜ ਰੁਪਏ ਦੀ ਲਾਗਤ ਦੇ ਨਿਵੇਸ਼ ਦੀ ਗਵਾ ਬਣਿਆ ਹੈ ਉਨੇ ਆਖਿਆ ਜੀ ਇਸ ਯੋਜਨਾ ਨੇ ਕੋਈ 8.50 ਲੱਖ ਰੋਜ਼ਗਾਰ ਦੇ ਮੌਕੇ ਖੜੇ ਰੇ ਨਾ ਤੇ ਇਸ ਰਾਹੀਂ ਕੋਈ 11 ਲੱਖ ਕਰੋੜ ਰੁਪਏ ਦਾ ਉਤਪਾਦਨ ਤੇ ਵਿਕਰੀ ਹੋਇਆ। ਸ਼੍ਰੀ ਪ੍ਰਸਾਦਾਵਰੇ ਆਖਿਆ ਜੇ ਆਤਮ ਨਿਰਭਰਤਾ ਬਖੀ ਪੀਐਲਆਈ ਯੋਜਨਾ ਨੇ ਉਤਪਾਦਨ ਖੇਤਰ ਚ ਵਿਕਾਸ ਕਿਤੇ ਮਦਦ ਕੀਤੀ ਹੈ। ਰਾਜ ਸਭਾ ਅਧਿਖ ਜਗਦੀਤ ਤਾਣਕੜੋਰੇ ਕੇਰਲ ਵਾਇਨਾਰਚ ਪਸੀਆਂ ਪਾਉਣ ਦੇ ਆਸੇ ਤੇ ਉਸ ਚੇ ਕਈ ਲੋਕਾਂ ਦੇ ਜਾਨਮੁਹਾਂ ਨੇ ਉੱਪਰ ਡੂੰਗਾ ਦੁੱਖ ਤੇ ਬਿਸੋਸ ਪ੍ਰਗਟ ਕੀਤਾ ਉਹਨੇ ਮਰੋਨੇ ਵਾਲੇ ਦੇ ਪਰਿਵਾਰ ਜਾਨੇ ਪ੍ਰਤੀ ਸੰਵੇਦਨਾ ਤੇ ਦੁੱਖ ਪ੍ਰਗਟ ਕੀਤਾ ਤੇ ਜ਼ਖਮੀਆਂ ਦੇ ਤੌਲੇ ਨਰੋਏ ਉਹਨੇ ਦੀ ਬੀ ਕਾਮਨਾ ਕੀਤੀ ਬਚਾਅ ਪ੍ਰਯਾਸਾਂ ਉੱਪਰ ਬੋਲਦੀ ਹੋਈ ਅਧਿਐਕਸ਼ ਉਹਨੇ ਆਖਿਆ ਜੇ ਕੇਂਦਰੀ ਸਰਕਾਰ ਤੇ ਰਾਜ ਸਰਕਾਰ ਏਜੰਸੀਆਂ ਪ੍ਰਭਾਵਿਤ ਇਲਾਕੇ ਚ ਰਾਤ ਭਰ ਜਾਣੇ ਕੀਤੇ ਆਪੂ ਚ ਤਾਲਮੇਲ ਬਣਾਈ ਇਹ ਸਕਿਰਿਆਤਾ ਨੇ ਕੰਮ ਕਰਾਰ ਦਿਆ ਨਾ ਸਦਨ ਦੇ ਨੇਤਾ ਜੇਪੀ ਨਟੌਰੇ ਇਸ ਆਦ ਸੇ ਕੀ ਇੱਕ ਵੱਡਾ ਆਤਸਾ ਕਰਾਰ ਦਿੱਤਾ ਤੇ ਆਖਿਆ ਜੇ ਸਮੂਲ ਚ ਮੁਖ ਦੁਖੀ ਹੈ ਉਹਨੇ ਆਖਿਆ ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁੰਦੀ ਅਗਵਾਈ ਚ ਕੇਂਦਰੀ ਸਰਕਾਰ ਬੜੀ ਕੇ ਸਕਰੀਅਤਾ ਨੇ ਪ੍ਰਭਾਵਿਤ ਇਲਾਕੇ ਚ ਰਾਤ ਕੰਮ ਮੇ ਲਈ ਜ਼ਰੂਰੀ ਦਿਸ਼ਾ ਨਿਰਦੇਸ਼ ਕੀਤੇ ਕੰਮ ਕਰਾਰ ਦਿਆ ਹੈ ਉਨੇ ਆਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਇਸ ਆਦ ਸੇ ਬਾਰੇ ਰਾਜ ਦੇ ਮੁੱਖ ਮੰਤਰੀ ਕੰਨੇ ਗੱਲ ਕੀਤੀ ਸ਼੍ਰੀ ਨੱਡਾ ਹੋਰੇ ਸਦਨ ਕੀ ਵਿਸ਼ਵਾਸ ਜਤਾਇਆ ਜੇ ਜੋ ਕਿਛ ਵੀ ਲੋਚਦਾ ਹੋਗ ਉਹ ਕੇਂਦਰੀ ਸਰਕਾਰਾਂ ਸਿਆ ਕੀਤਾ ਜਾਗ ਉਹਨੇ ਆਖਿਆ ਜੇ ਲੋਥੇ ਕੀ ਬਾਰ ਕੱਢਣਾ ਵੈਲ ਉੱਪਰ ਹੈ ਤੇ ਆਪਤਕਾਲ ਪ੍ਰਤੀਕਿਰਿਆ ਪ੍ਰਣਾਲੀ ਗੀ ਸਕਰੀ ਕਰ ਦਿੱਤਾ ਗਿਆ ਹੈ ਸੰਸਦੀ ਮਾਮਲੇ ਮੰਤਰੀ ਕਿਰਨ ਰਿਜਜੂ ਹੋਰੇ ਆਖਿਆ ਜੇ ਕੁਦਰਤੀ ਕੁਰੋਪੀ ਹਰ ਇੱਕ ਲਈ ਸੰਜੀਦਗੀ ਵਾਲਾ ਮਸਲਾ ਹੈ ਉਹਨੇ ਸਦਨ ਕੀ ਜਾਣਕਾਰੀ ਦਿੱਤੀ ਜੇ ਅਲਪਸੰਖਿਆਕ ਮਾਮਲੇ ਰਾਜ ਮੰਤਰੀ ਜਾਰਜ ਕੁਰਿਆ ਨੋਰਿੰਗੀ ਪਹਿਲੇ ਕੇ ਪ੍ਰਧਾਨ ਮੰਤਰੀ ਉंदे ਨਿਰਦੇਸ਼ ਉਪਰ ਕੇਰਲ ਭੇਜੀ ਦਿੱਤਾ ਗਿਆ ਹੈ। ਸ਼੍ਰੀ ਰਜੂ ਹੋਰਿਆਂ ਆਖਿਆ ਜੇ ਐਨਡੀਆਰਐਫ, ਐਸਟੀਆਰਐਫ, ਸੀਏਪੀਐਫ ਤੇ ਪਾਰਟੀਆਂ ਫੌਜ ਜ਼ਮੀਨੀ ਸਤਾ ਪਰ ਕੰਮ ਕਰਾਰ ਦਿਆ ਨਾ ਤੇ ਪਾਰਟੀਆਂ ਵਾਈ ਫੌਜ ਤੁਰਤ ਰਾਤ ਤੇ ਬਚਾਲੇ ਸક્રિય ਕੀਤੀ ਗਈ ਹੈ। ਇਹ ਦੇਖੋ ਨਾ ਪਹਿਲੇ ਮੁੱਦੇ ਕੀ ਲਈਏ ਸਦਨ ਚ ਡਾਂਡਰੋਲੀ ਪੇ ਦੀ ਰਹੀ ਪਰੋਦੀ ਪਾਰਟੀਆਂ ਦੇ ਮੈਂਬਰੇ ਕੇਰਲ ਚ ਉਏ ਦੇ ਆਦਸੀ ਉਪਰ ਬੋਲਣ ਦੀ ਇਜਾਜ਼ਤ ਦੀ ਮੰਗ ਕਰਾਰਤੇ ਹੈ ਰਾਜ ਸਭਾ ਚ ਵਿਰੋਧੀ ਧੜੇ ਦੇ ਨੇਤਾ ਮਲਿਕਾ ਅਰਜੁਨ ਖੜਕਿਓਰੇ ਆਖਿਆ ਜੇ ਕੋਈ ਸਾਰੇ ਕਈ ਸਾਰੇ ਲੋਕੇ ਇਸ ਆਦਸੇ ਚ ਆਪਣੀ ਜਾਨ ਮੋਈ ਹੈ ਤੇ ਵਿਰੋਧੀ ਧੜਾ ਜਾਣਨਾ ਚਾਹੁੰਦਾ ਹੈ ਜੇ ਕੇਰਲ ਚ ਮਦਦ ਪ੍ਰਦਾਨ ਕਰਨੇ ਕਿਤੇ ਕੇਂਦਰ ਸਰਕਾਰ ਆਸਿਆਂ ਕਿਹੜਾ ਪ੍ਰਯਾਸ ਕੀਤਾ ਗਿਆ ਹੈ ਸੀਪੀਆਈਐਮ ਦੇ ਡਾਕਟਰ ਜੌਨ ਬ੍ਰਿਟਸ ਉਰੇ ਆਖਿਆ ਜੇ ਇਹ ਇੱਕ ਸੰਜੀਦਾ ਮੁੱਦਾ ਹੈ ਤੇ ਕੇਂਦਰੀ ਸਰਕਾਰ ਆਸੇ ਮਾਲੀ ਤੇ ਉਹ ਨਮਦਦ ਦੀ ਮੰਗ ਵੀ ਕੀਤੀ ਅਖੀਰ ਚ ਖਾਸ ਖਾਸ ਖਬਰਾਂ ਇੱਕ ਵਾਰੀ ਫੀਸੋ ਨੀਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਆਖਿਆ ਜੇ ਮੁਲਕ ਹੈ ਦੀ ਜੀਡੀਪੀ ਦਰ 8 ਫੀਸਦ ਉੱਪਰ ਅੱਗੇ ਬਤਾਰਦੀ ਹੈ ਤੇ ਉਹ ਦਿਨ ਦੂਰ ਨਹੀਂ ਜਦੋਂ ਦੇਸ਼ ਦੁਨੀਆ ਦੀ ਤ੍ਰਿਏ ਨੰਬਰ ਦੀ ਅਤਵਿਵਸਥਾ ਬਣੀ ਜਾਗ प्रधान मंत्री नरेंद्र मोदी ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂਰੇ ਪੈਰਿਸ 올림픽 ਚ ਕੈਂ ਦਾ ਤਮਗਾ ਜਿੱਤਨੇ ਪਰ ਮਨੂ ਬਾਕਰ ਤੇ ਸਰਬਜੋਤ ਸਿੰਘ ਹੋਰਾਂ ਦੀਆਂ ਮੁਬਾਰਕਾਂ ਦਿੱਤੀਆਂ ਨਾ ਰਾਸ਼ਟਰਪਤੀ ਉਪਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਹੋਰੇ ਮਨੂ ਬਾਕਰ ਤੇ ਸਰਬਜੋਤ ਸਿੰਘ ਹੋਰਾਂ ਦੀ 10 ਮੀਟਰ 에ਅਰ ਪਿਸਟਲ ਮਿਕਸ ਟੀਮ ਮੁਕਾਬਲੇ ਚ ਕੈਂ ਦਾ ਤਮਗਾ ਜਿੱਤਨੇ ਪਰ ਮੁਬਾਰਕਾਂ ਦਿੱਤੀਆਂ ਨਾ केरल ਚ ਵਾਇਨਾਰਡ ਜ਼ਿਲ੍ਹੇ ਚ ਪਸੀਂਫੋ ਨੇ ਹਾਲੀ ਥਾਰ ਮਲਬੇ ਥਮਾ 93 ਲੋਥਾ ਕੱਢੀਆਂ ਗਈਆਂ ਨਾ ਤੇ ਰਾਸ਼ਪਤੀ ਉਪਰਾਸ਼ਪਤੀ ਤੇ ਪ੍ਰਧਾਨ ਮੰਤਰੀਓ ਨੇ ਵਾਇਨਾਰਡ ਚ ਉਦੇ ਆਦਿ ਸੱਚ ਆਪਣੀ ਜਾਨਵਾਨਾਂ ਦੇ ਲਈ ਪ੍ਰਤੀ ਦੁੱਖ ਤੇ ਬਿਸੋਸ ਪ੍ਰਗਟ ਕੀਤਾ ਇਸ ਪਹਿਲੇ ਦੇ ਬੁਲੇਟਿਨ ਚ ਬਸ ਇੰਨਾ ਕਿਹਾ